शिमारू के नए वीडियोस के लिए सब्सक्राइब कीजिए और बेल आइकन को दबाना न भूलें। अब शर्मा, अब शर्मा, अब शर्मा, उठ जा। सूर्य सिर तो मुड़ चले आई। मुड़ चले सूर्य तो मुड़ जाऊं तो मैं सूर्य नु रस्सा पाउणा जाके यार। रस्सा तो मैं पाऊं तेरे गल च। वाह जी वाह, एक दो तोले दी चैनी कहीं सोने दी हो ते आज तक तुहाडे कोल पई नहीं, रस्सा जरूर पा दोगे तुसी। मेरे को भाई कॉट जे चॉइस हुंदी ना ते मैं इहो जे कंजूस मां प्यो दे घर कदी भी ना जम्मदा। मेरी ते खड़े तुसी बधाई भी दित्ती कि नहीं खुसरिआं नूं जम्मण दी। ਮੈਂ ਤੇ ਅਜੇ ਵੀ ਜਦੋਂ ਕਿਤੇ ਖੁਸਰੇ ਰਾਹ ਬਰਾਹ ਮਿਲ ਪੈਂਦੇ ਮਿਹਣੇ ਮਾਰਦੇ ਆ, ਕਾਕਾ ਤੇਰੇ ਪੈਸੇ ਨਹੀਂ ਆਏ, ਤੇਰੇ ਪੈਸੇ ਨਹੀਂ ਆਏ। ਉਹ ਟੀਖਾ, ਜੇ 2 ਘੰਟੇ ਖੁਸਰਿਆਂ ਨਾਲ ਜਾ ਕੇ ਢੋਲਕੀ ਕੁੱਟੇ ਨਾ, 250 ਲੈ ਕੇ ਮੁੜੇ ਸ਼ਾਮ ਨੂੰ। ਸਦਕੇ ਜਾਵਾਂ, ਇਹੋ ਜਿਹੇ ਮਾਂ ਪਿਓ ਦੇ ਖੁਸਰਿਆਂ ਨਾਲ ਭੇਜਣ ਡੇ ਨੇ ਜਵਾਨ ਜਹਾਨ ਪੁੱਤਰ ਨੂੰ। ਮੇਰੇ ਵਿਆਹ ਦੇ ਖੁਸਰੇ ਨਾ ਨਜਾਇਓ, ਮੈਨੂੰ ਭੇਜੇ ਉਹ। ਉਹ ਤੈਨੂੰ ਕਿਹੜਾ ਕੁੜੀ ਦੇ ਦੂਗਾ ਉਹ ਵਿਹਲੜ ਨੂੰ? ਅੱਛਾ ਜੀ, ਤੇ ਤੁਹਾਨੂੰ ਨਹੀਂ ਕਿਸੇ ਨੇ ਆ ਦਿੱਤੀ ਜਿਹੜੀ ਤੋਸੇ ਪਕਾ ਪਕਾ ਖਵਾਉਣ ਡੀ ਤੁਹਾਨੂੰ? ਬਸ਼ਰਮਾ, ਮੈਂ ਕੰਮ ਕਰਦਾ ਸੀ, ਵਿਹਲੜ ਨਹੀਂ ਸੀ ਤੇਰੇ ਵਾਂਗੂ। ਯਾਰ ਉੱਠਣ ਤੋਂ ਪਹਿਲਾਂ ਕੋਈ ਰੋਟੀ ਪਾਣੀ ਤੇ ਖਵਾ ਦਿਆ ਕਰੋ। ਇੰਨੀ ਵੀ ਨਹੀਂ ਸਮਝ ਆਉਂਦੀ ਵੀ ਜਵਾਕ ਨੇ ਰਾਤ ਦੀ ਰੋਟੀ ਖਾਧੀ? ਬਿਨਾਂ ਰੋਟੀ ਖਾਧੇ 16-17 ਘੰਟੇ ਸੌਣਾ ਛੋਟੀ ਗੱਲ ਹੈ? ਆਹੋ ਜੀ, ਬਹੁਤ ਵੱਡੀ ਗੱਲ ਆ। ਸੁਣਦੀ ਹੈ, ਆਪਣੇ ਪੁੱਤ ਨੂੰ ਮੈਡਲ ਦਵਾ 26 ਜਨਵਰੀ ਤੇ, ਹਾਥੀ ਤੇ ਚੜਾ ਕੇ। ਭੁੱਖਾ ਸੁੱਤਾ ਉੱਠਿਆ ਵਿਚਾਰਾ, ਚਵਲ ਕਿਸੇ ਥਾਂ ਦਾ। ਕੋਠੇ ਚ ਕਰ ਦਿੰਦੇ ਮੰਮੀ ਜੀ ਤੁਸੀਂ। ਮਾਂ, ਮੇਰੇ ਜ਼ਮੀਰ ਨੂੰ ਸੁੱਤਾ ਰਹਿਣ ਦਿਓ, ਨਾ ਜਗਾਓ ਜ਼ਮੀਰ ਮੇਰਾ। ਜੇ ਮੇਰੇ ਅੰਦਰ ਦਾ ਜ਼ਮੀਰ ਜਾਗ ਗਿਆ ਨਾ ਮਾਂ, ਕਸਮ ਖਾ ਕੇ ਕਹਿੰਦਾ ਮਾਂ, ਮੇਰੀ ਸ਼ਕਲ ਵੇਖਣ ਨੂੰ ਤਰਸ ਜਾਓਗੇ ਤੁਸੀਂ। ਮੈਨੂੰ ਤਾਂ ਤੁਹਾਡੀ ਇੱਕ ਗੱਲ ਹੀ ਸਮਝ ਆਉਂਦੀ ਯਾਰ, ਤੁਹਾਡੀ ਇਕਲੌਤੀ ਸੰਤਾਨ ਆ ਮੈਂ, 24 ਘੰਟੇ ਕੰਮ 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 ਕੰਮ। ਉਹ ਕੀ ਕਰਨਾ ਤੁਸੀਂ ਮੇਰੇ ਕੋਲੋਂ ਕੰਮ ਕਰਾ ਕੇ? ਇੱਕੋ ਇੱਕ ਪੁੱਤਰ ਆ ਤੁਹਾਡਾ ਮੈਂ, ਉਹ ਤੁਸੀਂ ਤੇ ਮੇਰਾ ਲੰਘਦੇ ਵੜਦੇ ਦਾ ਬਸ ਮੂੰਹ ਚੁੰਮਿਆ ਚੱਟਿਆ ਕਰੋ, ਇੱਧਰੋਂ ਲੰਘਾ ਇੱਧਰੋਂ ਲੰਘਾ ਪੁੱਛ ਪੁੱਛ ਕਰਿਆ ਕਰੋ। ਤੁਸੀਂ ਮੇਰੇ ਕੋਲ ਕੰਮ ਕਰਾ ਕੇ ਕੀ ਲੈਣਾ ਮੈਂ? ਜਿੱਦਣ ਮੈਂ ਬਿਜ਼ੀ ਹੋ ਗਿਆ ਨਾ, ਜਿੱਦਣ ਮੈਂ ਕਿਸੇ ਕੰਮ ਧੰਦੇ ਲੱਗ ਗਿਆ, ਸ਼ਕਲ ਵੇਖਣ ਨੂੰ ਤਰਸ ਜਾਓਗੇ ਮੇਰੀ, ਜਹਾਜ਼ਾਂ 'ਚ ਲੰਘਿਆ ਕਰਾਂਗਾ ਉੱਪਰ ਦੀ ਮੈਂ, ਕੋਠੇ ਤੇ ਚੜ੍ਹ ਚੜ੍ਹ ਜਹਾਜ਼ ਵੇਖਿਆ ਕਰੋਗੇ। ਆਓ ਜਾਂਦਾ ਪੁੱਤਰ ਸਾਡੇ ਦਾ ਜਹਾਜ਼, ਡੈਡੀ ਸ਼ਬਦ ਸੁਣਨ ਨੂੰ ਤਰਸ ਜਾਓਗੇ ਡੈਡੀ। ਉਹ ਤੂੰ ਡੈਡੀ ਛੱਡ, ਤੂੰ ਮੈਨੂੰ ਡੱਡੂ ਕਹਿ ਲਈ, ਪਰ ਕੋਈ ਕੰਮ ਧੰਦਾ ਕਰ ਮਰ। ਕਿਹੜਾ ਕੰਮ ਕਰਾਂ ਦੱਸੋ? ਇਸ ਵੇਲੇ ਮੈਂ ਜਾ ਕੇ ਸੜਕ ਦੇ ਉੱਤੇ ਬਰਫ਼ ਦਾ ਫੱਟਾ ਲਾ ਲਵਾਂ ਮੈਂ, ਤੇ ਸਾਈਂ ਦਾ ਸਕੂਲ ਦੇ ਬਾਹਰ ਡੋਰਾਂ ਲਾਵਾਂ ਜਾ ਕੇ ਮੈਂ, ਤਰਾਂ ਲਾ ਲਵਾਂ ਪਟੇਲ ਚੌਂਕ ਦੇ ਵਿੱਚ, ਕਿ ਚੂਚੇ ਵੇਚਾਂ ਪਿੰਡਾਂ 'ਚ ਜਾ ਕੇ ਮੈਂ। ਕਰ ਲਾਂਗੇ ਕੰਮ ਵੀ, ਕੰਮ ਤੇ ਮੈਂ ਐਸਾ ਕਰਾਂਗਾ ਨਾ ਡੈਡੀ, ਸਾਰੀ ਦੁਨੀਆ ਵੇਖੇਗੀ। ਐਸਾ ਕਿਹੜਾ ਕੰਮ ਹੈ ਪੁੱਤਰ? ਇਹੀ ਤੇ ਤੱਕ ਮੈਨੂੰ ਸਮਝ ਨਹੀਂ ਆਉਂਦੀ ਡੈਡੀ, ਕੋਈ ਐਸਾ ਕਿਹੜਾ ਕੰਮ ਕਰਾਂ? ਸੋਚੀ ਜਾਏ, ਹੱਥੀ ਨਾ ਕਰੀ ਕੁਝ। ਗੱਲਾਂ ਨਾਲ ਕੰਮ ਨਹੀਂ ਹੁੰਦੇ, ਲਿਆਓ ਪੈਸਾ, ਦੇਖਿਓ ਰਾਤੋਂ ਰਾਤ ਕਿੱਦਾਂ ਡਬਲ ਕਰਦਾ ਮੈਂ। ਪੈਸਿਆਂ ਨਾਲ ਹੀ ਕੰਮ ਖਿਲਾਵਾਂਗੇ, ਹੋਰ ਤੈਨੂੰ ਠੀਕਰੀਆਂ ਨਹੀਂ ਦੇਣ ਲੱਗੇ। ਲਿਆ ਅੰਦਰੋਂ 20,000 ਰੁਪਈਆ, ਮਾਰ ਮੱਥੇ ਇਹਦੇ। 20,000? ਇੰਨਾ ਪੈਸੋ? 20,000 ਰੁਪਏ ਦਾ ਸ਼ਟਰ ਲੱਗਦਾ ਕਿਸੇ ਦੁਕਾਨ ਨੂੰ, ਤੇ ਜੋ ਸ਼ਟਰ ਚੁੱਕਣਾ ਹੋਵੇ ਤਾਂ ਦੁਕਾਨ ਤੇ ਬੜੇ ਪੈਸੇ ਲੱਗਦੇ ਨੇ। ਯਾਰ ਤੁਸੀਂ ਮੇਰੇ ਕੋਲੋਂ ਕੋਈ ਕਾਰੋਬਾਰ ਕਰਾਉਣਾ, ਬਿਜ਼ਨਸ ਕਰਾਉਣਾ, 25-30 ਲੱਖ ਰੁਪਈਏ ਤਾਂ ਦਿਓ ਮੈਨੂੰ। ਉਹ 25-30 ਲੱਖ ਰੁਪਈਏ ਦਾ ਤੂੰ ਕੀ ਗੋਲਾ ਬਰੂਦ ਲਿਆ ਕੇ ਵੇਚਣਾ ਹੋਏ? ਦਿਓ ਮੁੰਡੇ ਨੂੰ 25-30 ਲੱਖ ਰੁਪਈਆ, ਕੋਈ ਬਹੁਤਾ ਹੈ ਕੰਮ ਕਰਨ ਵਾਸਤੇ? ਦਿਓ ਉਹਨੂੰ, ਤੁਸੀਂ ਅੱਗ ਲਾ ਕੇ ਫੂਕਣੇ ਪੈਸੇ ਨੂੰ, ਦਿਓ ਉਹਨੂੰ ਕੋਈ ਕੰਮ ਕੁੰਮ ਕਰੇ। ਉਹ ਕਿਉਂ ਰਿਸਕ ਲਈ ਜਾਨੀ ਆ, ਕਿਉਂ ਰਿਸਕ ਲਈ ਜਾਨੀ ਆ? ਮੈਨੂੰ ਪੱਕਾ ਪਤਾ ਇਹਨੇ ਕੋਈ ਕੰਮ ਨਹੀਂ ਕਰਨਾ। ਜੇ ਤੁਹਾਨੂੰ ਪੱਕਾ ਹੀ ਪਤਾ ਮੈਂ ਕੋਈ ਕੰਮ ਨਹੀਂ ਕਰਨਾ, ਤੇ ਕਿਉਂ ਮੇਰੀ ਨੀਂਦ ਖਰਾਬ ਕਰਦੇ ਹੁੰਦੇ? ਮੈਨੂੰ ਤਾਂ ਸੌਣ ਦਿਓ। ਜੇ ਇਹ ਗੱਲ ਆ ਨਾ, ਤਾਂ ਮੈਂ ਅੱਜ ਹੀ ਤੇਰੇ ਅਕਾਊਂਟ 'ਚ 25 ਲੱਖ ਰੁਪਈਆ ਟ੍ਰਾਂਸਫਰ ਕਰਾ ਦੇਣਾ। ਪਰ ਮੇਰੀ ਇੱਕ ਗੱਲ ਸੁਣ ਲਾ, ਜੇ 25 'ਚੋਂ 1 ਚਵਾਨੀ ਵੀ ਘਟੀ ਨਾ, ਤਾਂ ਘਰ ਨਾ ਵੜੀ ਫਿਰ। ਹਾਂ ਲੈ ਦੱਸ, ਮੇਰਾ ਦਿਮਾਗ ਖਰਾਬ ਹੈ? ਮੇਰੇ ਕੋਲ 25 ਲੱਖ ਰੁਪਈਆ ਹੋਵੇ ਤਾਂ ਮੈਂ ਘਰ ਵੜਾਂ? ਮੰਮੀ ਜੀ ਤੁਸੀਂ ਫਿਕਰ ਨਾ ਕਰਿਓ, ਮੈਂ ਹੁਣ ਉਦੋਂ ਤੱਕ ਘਰ ਨਹੀਂ ਵੜਾਂਗਾ ਜਦੋਂ ਤੱਕ 25 ਲੱਖ ਰੁਪਈਆ ਮੁੱਕ ਨਾ ਗਿਆ। ਵੇਖ ਕਿੱਦਾਂ ਸੁੱਤਾ ਪਿਆ, ਜਿੱਦਾਂ ਨਾ ਕਮੇਟੀ ਵਾਲਿਆਂ ਨੇ ਕੁੱਤਾ ਮਾਰ ਕੇ ਸੁੱਟਿਆ ਹੁੰਦਾ। ਵੇ ਬਸ਼ਰਮਾ, ਤੂੰ ਅੱਜ ਫੇਰ ਸੁੱਤਾ ਪਿਆ? ਕੀ ਮਤਲਬ ਅੱਜ ਫੇਰ ਸੁੱਤਾ ਪਿਆ? ਤੁਸੀਂ ਮਹੀਨੇ 'ਚ ਇੱਕ ਦਿਨ ਸੌਂਦੇ ਹੋ। ਤੂੰ ਤੇ ਕੱਲ ਕਿਹਾ ਸੀ ਕਿ ਮੈਂ ਰਾਤੋਂ ਰਾਤ ਤੁਹਾਡਾ ਪੈਸਾ ਡਬਲ ਕਰ ਦਿਆਂਗਾ।
ਅੱਜ ਰਾਤ ਪੈ ਤੇ ਲੈਣ ਦਿਓ, 10:30 ਸਵੇਰ ਦੇ 11:15 ਹੋਏ ਨੇ, ਤੁਸੀਂ ਮੈਨੂੰ ਹੁਣ ਠਾਲਦਾ ਆ ਕੇ ਰਾਤੀ ਕਰਦਾ। ਮੈਂ ਰਾਤ ਉਹਦੀ ਗੱਲ ਕਰਨੀ ਪਈ ਆ ਜਿਹੜੀ ਬੀਤ ਗਈ ਉਹਦੀ। ਓਏ ਉੱਠ ਜਾ ਬਿਸ਼ਰਮਾ, ਉੱਠ ਜਾ। ਉਹ ਹੁਣ ਤੇ 25 ਲੱਖ ਰੁਪਈਆ ਵੀ ਤੇਰੇ ਖਾਤੇ 'ਚ ਜਮ੍ਹਾਂ ਕਰਤਾ, ਹੁਣ ਤੇ ਕਿਸੇ ਕੰਮ ਧੰਦੇ ਬਾਰੇ ਸੋਚ। ਤੇ ਕੰਮ ਧੰਦੇ ਬਾਰੇ ਸੋਚਦਾ ਰਿਹਾ ਸਾਰੀ ਰਾਤ, ਮੈਨੂੰ ਤਾਂ ਨੀਂਦ ਨਹੀਂ ਆਈ। ਹੁਣ ਮਾਸਾ ਕਿਤੇ ਅੱਗ ਲੱਗੀ ਮੇਰੀ, ਤੁਸੀਂ ਆ ਕੇ ਠਾਤਾ, ਤੁਸੀਂ ਨੀ ਬਿਜ਼ਨਸ ਚੱਲਣ ਦੇਣਾ ਮੇਰਾ ਕੋਈ। ਮੈਨੂੰ ਨੀਂਦ ਨਹੀਂ ਆਈ। ਉਹ ਟੀਠਾ, ਉਹ ਤੈਨੂੰ ਪਤਾ ਆ ਰਾਤ ਤੇਰੇ ਕਮਰੇ 'ਚ ਸੱਪ ਆ ਗਿਆ ਸੀ, ਜੋਗੀ ਨੂੰ ਬੁਲਾ ਕੇ 1.5 ਘੰਟਾ ਬੀਨ ਵਜਵਾਈ ਆ, ਤਾਂ ਜਾ ਕੇ ਸੱਪ ਫੜਿਆ ਗਿਆ, ਤੇ ਇਹਨੂੰ ਨੀਂਦ ਨਹੀਂ ਆਈ ਵੱਡੇ ਨੂੰ। ਉਹ ਤੁਸੀਂ ਆਪ ਦੱਸੋ, ਜਿਹਦੇ ਸਿਰਾਣੇ 1.5 ਘੰਟਾ ਬੀਣ ਵੱਜਦੀ ਰਹੀ ਹੋਵੇ, ਉਹਨੂੰ ਨੀਂਦ ਆ ਸਕਦੀ ਕਦੀ? ਇੰਨੀ ਡਿਸਟਰਬੈਂਸ ਵਿੱਚ ਕਿਹੜਾ ਸੌਵੇਂ? ਨਾਲੇ ਤੁਹਾਨੂੰ ਇੱਕ ਗੱਲ ਦਾ ਪਤਾ, ਸੱਪ ਕਿੱਥੇ ਆਉਂਦੇ ਨੇ? ਜਿੱਥੇ ਧਨ ਦੌਲਤ ਹੁੰਦੀ ਹੈ। ਉਹ ਜਿਹੜੀ ਚੀਜ਼ ਸੱਪ ਨੂੰ ਸਮਝ ਆ ਗਈ ਵੀ ਮੈਂ ਕਰੋੜਪਤੀ ਬਣਨ ਵਾਲਾ, ਮੇਰੇ ਕੋਲ ਪੈਸਾ ਆਉਣ ਵਾਲਾ, ਤੁਹਾਨੂੰ ਨੀ ਉਹ ਗੱਲ ਪਤਾ ਲੱਗੀ ਜਿਹੜੀ ਸੱਪ ਨੂੰ ਪਤਾ ਲੱਗ ਗਈ? ਹੈਂ, ਨਾਲੇ ਗੱਲ ਸੁਣੋ, ਹਰ ਵੇਲੇ ਨੀਂਦ ਦੇ ਰਹਿੰਦੇ ਹੋ, ਨੌਲਦੇ ਰਹਿੰਦੇ ਹੋ ਨਾ ਮੈਨੂੰ, ਇਹੋ ਜਿਹੀ ਔਲਾਦ, ਇਹੋ ਜਿਹੀ ਸੰਤਾਨ ਹੱਥ 'ਚ ਸੂਰਜ ਰੱਖ ਕੇ ਵੀ ਲੱਭਣ ਜਾਓਗੇ ਨਾ, ਕਦੀ ਨਹੀਂ ਲੱਭ ਸਕਦੀ। ਤੁਹਾਨੂੰ ਮੈਂ ਦੱਸਾਂ, ਨਾ ਮੈਨੂੰ ਕੋਈ ਐਬ, ਨਾ ਕੋਈ ਜੂਏਬਾਜ਼ੀ, ਨਾ ਕੋਈ ਸੱਟੇਬਾਜ਼ੀ, ਨਾ ਕੋਈ ਨਸ਼ੇਬਾਜ਼ੀ। ਹਾਏ ਮੈਂ ਮਰ ਗਈ, ਵੀ ਆਹ ਕੀ ਹੈ? ਸਰਾਣਾ, ਸਰਾਣਾ ਸਰਾਣਾ ਨਹੀਂ, ਸਰਾਣੇ ਦੇ ਥੱਲੇ ਆਹ ਕੀ ਹੈ? ਸ਼ਰਾਬ ਹੈ, ਪਰ ਮੈਂ ਦੇਖੋ, ਇਹ ਤਾਂ ਕੱਲ ਗਿਆ ਸੀ ਨਾ ਮੇਲੇ 'ਚ, ਮੇਲੇ 'ਚ ਉਹ ਰਿੰਗ ਪਾਈ ਦੇ ਆ 5 ਰੁਪਏ ਦੇ, 3 ਰਿੰਗ, ਤੇ ਜਿਹੜੀ ਚੀਜ਼ 'ਤੇ ਰਿੰਗ ਪੈ ਜਾਂਦਾ ਉਹ ਚੀਜ਼ ਤੁਹਾਡੀ ਹੋ ਜਾਂਦੀ ਹੈ, ਤੇ ਮਤਲਬ ਇਹ ਰਿੰਗ ਮੈਂ ਪਾਇਆ ਤੇ ਮੇਰਾ ਇਹਦੇ 'ਤੇ ਪੈ ਗਿਆ ਰਿੰਗ, ਤੇ ਮੈਂ ਲੈ ਜਾਂਦਾ, ਮੈਂ ਕਿਹਾ ਚਲੋ ਇਨਾਮ ਦਾ ਤਾਂ ਥੱਪੜ ਹੀ ਬਹੁਤ ਹੁੰਦਾ ਹੈ, ਨਿਕਲਿਆ ਮੈਂ, ਮਤਲਬ ਪੀਤੀ ਤਾਂ ਨਹੀਂ, ਵੇਖ ਲਓ ਭਰੀ ਪਈ ਹੈ, ਮੈਂ ਨਹੀਂ ਪੀਤੀ। ਫੜ ਲਓ, ਤੁਹਾਡੇ ਪੁੱਤਰ ਦੀ ਪਹਿਲੀ ਕਮਾਈ ਹੈ। ਮੰਮੀ ਤੁਸੀਂ ਘਰ ਹੋਈ ਜਾਂਦੇ ਐਵੇਂ, ਤੁਹਾਨੂੰ ਤਾਂ ਪਤਾ ਡੈਡੀ ਦੀ ਆਦਤ ਕਿੱਦਾਂ ਦੀ, ਜੱਬੜੀਆਂ ਮਾਰਨ ਦੀ। ਮੈਂ ਸਮਝਾਵਾਂਗਾ ਇਹਨਾਂ ਨੂੰ, ਕਿੰਨਾ ਕਰੋ ਤੁਸੀਂ ਕਰ ਤੋ ਵੀ ਬਹੁਤੀ, ਜੇ ਤੂੰ ਕਾਸੇ ਜੋਗਾ ਹੁੰਦਾ ਤੇ ਮੇਰੇ ਸਿਰ 'ਚ ਖੇ ਕਿਉਂ ਪੈਂਦੀ? ਜਣਾ ਖਣਾ ਉੱਠ ਕੇ ਤੇ ਮੈਨੂੰ ਤੇਰੀਆਂ ਗੱਲਾਂ ਕਰਦਾ ਰਹਿੰਦਾ। ਬਸ ਕਰੋ ਯਾਰ, ਕੀ ਕਰੀ ਜਾਂਦੇ ਤੁਸੀਂ? ਅੱਛਾ ਗੱਲ ਸੁਣੋ ਮੇਰੀ, ਅੱਜ ਮੈਂ ਤੁਹਾਡੇ ਸਿਰ ਦੀ ਸਹੁੰ ਖਾ ਕੇ ਕਹਿੰਦਾ, ਅੱਜ ਤੋਂ ਬਾਅਦ ਇਸ ਘਰ 'ਚ ਹੁਣ ਮੈਂ ਉਦੋਂ ਹੀ ਵੜਾਂਗਾ ਜਦੋਂ ਮੈਂ ਕੁਛ ਕਰਕੇ ਵਿਖਾਵਾਂਗਾ। ਕਰਕੇ ਵਿਖਾਊਗਾ ਇਹ ਵੱਡਾ ਕੋਈ ਕਾਰਨਾਮਾ ਸ਼ੇਖ ਚ ਲੀ ਜਾ, ਸਾਨੂੰ ਬੁੱਢੇ ਬਾਰੇ ਅੰਦਰ ਕਰਾਊਗਾ ਤੇ ਪਿਆਊਗਾ ਦਾਲ ਜੇਲ ਦੀ। ਐਡਾ ਗਿਆ ਗੁਜ਼ਰਿਆ ਨਹੀਂ ਡੈਡੀ ਮੈਂ ਜਿੰਨਾ ਤੁਸੀਂ ਮੈਨੂੰ ਸਮਝਦੇ ਹੋ, ਤਾਂ ਮੈਂ ਜੇ ਮਾਂ ਦੇ ਸਿਰ ਦੀ ਸਹੁੰ ਖਾਧੀ ਹੈ ਨਾ ਤੇ ਉਹਦਾ ਕੋਈ ਮਤਲਬ ਹੈ। ਡੈਡੀ ਜੀ, ਅੱਜ ਤੁਹਾਨੂੰ ਤੁਹਾਡੇ ਪੁੱਤਰ ਦਾ ਸੀਰੀਅਸ ਚੈਲੰਜ ਹੈ, ਹੁਣ ਮੈਂ ਇਸ ਘਰ ਦੇ ਵਿੱਚ ਉਦੋਂ ਹੀ ਵੜਾਂਗਾ ਜਦੋਂ ਮੈਂ ਕੁਛ ਕਰਕੇ ਵਿਖਾ ਦਿਆਂਗਾ। ਡੋਲੀ ਬੇਟੇ, ਹਾਂਜੀ ਡੈਡੀ, ਫੋਨ ਕੀਤਾ ਉਸ ਪੇਂਟ ਵਾਲੇ ਨੂੰ? ਹਾਂਜੀ ਡੈਡੀ, ਕਰਤਾ ਸੀ। ਉਹ ਆਇਆ ਕਿਉਂ ਨਹੀਂ ਰੰਗ ਕਰਨ? ਕੀ ਕਹਿੰਦਾ? ਉਹ ਕਹਿੰਦਾ ਮੁੰਡਾ ਭੇਜਿਆ ਹੋਇਆ ਹੈ। ਹਾਂ ਉਹ ਤਾਂ ਠੀਕ ਹੈ, ਪਰ ਹਲ ਤੱਕ ਆਇਆ ਕਿਉਂ ਨਹੀਂ? ਸਤਿ ਸ਼੍ਰੀ ਅਕਾਲ ਜੀ। ਆਓ ਬੇਟੇ ਆਓ, ਅੱਜ ਤਾਂ ਤੈਨੂੰ ਸਵੇਰ ਦੇ ਉਡੀਕ ਰਹੇ ਸੀ, ਡੋਲੀ ਬੇਟੀ ਤਾਂ ਤੈਨੂੰ ਫੋਨ ਕਰ ਕਰਕੇ ਥੱਕ ਗਈ ਹੈ। ਇਹਦਾ ਮਤਲਬ ਇਹ ਤਾਂ ਪੱਕੀ ਤਿਆਰੀ ਕਰੀ ਬੈਠੇ ਆ, ਚੋਰਾ ਲਾ ਕੇ ਭੇਜਣਗੇ ਮੈਨੂੰ। ਬੈਠੋ। ਨਹੀਂ ਮੈਂ ਠੀਕ ਹਾਂ ਜੀ, ਬਸ ਬੈਠੋ ਬੇਟਾ ਬੈਠੋ। ਹਾਂਜੀ, ਮੈਂ ਡੋਲੀ ਬੇਟੀ ਨੂੰ ਹੁਣੇ ਬੁਲਾਉਣਾ, ਉਹਨੂੰ ਕਹਿੰਦਾ ਤੈਨੂੰ ਸਾਰਾ ਘਰ ਚੰਗੀ ਤਰ੍ਹਾਂ ਦਿਖਾ ਦੇ ਤਾਂ ਕਿ ਤੈਨੂੰ ਤਸੱਲੀ ਹੋ ਜੇ। ਨਹੀਂ ਨਹੀਂ, ਘਰ ਵੇਖਣ ਦੀ ਕੀ ਲੋੜ ਹੈ ਜੀ, ਦੱਸ, ਜੀ ਵੇਖਣੇ ਹੁੰਦੇ ਵੇਖ ਲੈ, ਘਰ ਤੇ ਵੇਖਿਆ ਵਿਖਾਇਆ ਬਸ। ਨਾ 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 ਨਾ, ਕੱਲ ਨੂੰ ਐਵੇਂ ਨਿੱਕੀ ਜਿਹੀ ਗੱਲ ਪਿੱਛੇ ਬੰਦੇ ਦਾ ਵਿਆਰ ਖਰਾਬ ਹੋ ਜਾਂਦਾ। ਨਹੀਂ ਜੀ, ਵਿਆਰ ਦੀ ਕਿਹੜੀ ਗੱਲ ਹੈ, ਗੱਲ ਤੇ ਬਸ ਪਿਆਰ ਦੀ ਹੁੰਦੀ ਹੈ ਜੀ, ਪਿਆਰ ਦੇ ਰੰਗ ਗੂੜੇ ਹੋਣੇ ਚਾਹੀਦੇ ਆ। ਰੰਗ ਗੂੜਾ ਹੋਏ ਕਿ ਫਿੱਕਾ, ਇਹ ਤੇਰੇ ਤੇ ਡਿਪੈਂਡ ਕਰਦਾ। ਵੈਸੇ ਅੱਛੀ ਗੱਲ ਹੈ ਜੇ ਸਭ ਕੁਛ ਪਹਿਲਾਂ ਖੋਲਿਆ ਜਾਵੇ। ਤੂੰ ਲਏਂਗਾ ਕੀ? ਨਹੀਂ ਬਸ ਕੁਝ ਨਹੀਂ ਜੀ, ਪਾਣੀ ਦਾ ਗਲਾਸ ਇੱਕ ਮੰਗਵਾ ਦਿਓ ਸਾਦਾ ਜੀ। ਪਾਣੀ ਲਿਆਓ ਬਾਈ। ਤੁਸੀਂ ਦੱਸਿਆ ਨਹੀਂ ਕਿ ਤੁਸੀਂ ਲਓਗੇ ਕੀ, ਆਈ ਮੀਨ ਤੁਹਾਡੀ ਐਕਸਪੈਕਟੇਸ਼ਨ ਕੀ ਹੈ? ਮੈਨੂੰ ਲੱਗਦਾ ਦਾਜ ਬਾਰੇ ਪੁੱਛ ਰਹੇ ਨੇ। ਨਾ, ਪਰਮਾਤਮਾ ਦਾ ਦਿੱਤਾ ਸਭ ਕੁਛ ਹੈ ਜੀ, ਕਿਸੇ ਚੀਜ਼ ਦੀ ਕਮੀ ਨਹੀਂ। ਤੁਸੀਂ ਤੇ ਬਸ ਆਪਣੀ ਕੁੜੀ ਤੋਰ ਦਿਓ ਜੀ 3 ਕੱਪੜਿਆਂ 'ਚ ਮੇਰੇ ਨਾਲ।
ਬਾਲੇ ਬਾਲੇ। ਹਾਂਜੀ। ਬਾਹਰ ਦਾ ਗੇਟ ਬੇਟੇ ਬੰਦ ਆ ਕੇ ਖੁੱਲਾ? ਬੰਦ ਹੈ ਜੀ। ਇਧਰ ਆ। ਬੇਟਾ ਜੀ। ਹਾਂਜੀ। ਰੁਮਾਲ ਹੈ? ਨਹੀਂ ਰੁਮਾਲ ਤੇ ਨਹੀਂ ਹੈਗਾ ਜੀ ਮੇਰੇ ਕੋਲ। ਮੈਂ ਤੇ ਇਸ ਤਿਆਰੀ ਨਾਲ ਆਇਆ ਹੀ ਨਹੀਂ ਨਾ, ਪਤਾ ਨਹੀਂ ਸੀ ਕਿ ਸਾਰਾ ਕਾਰ ਵਿਆਰ ਹੋ ਜਾਣਾ। ਮੇਰੇ ਕੋਲ ਹੈ ਪਰ ਇਹ ਤੇ ਚਿੱਟਾ ਜੀ, ਉਹ ਰੁਮਾਲ ਲਾਲ ਹੁੰਦਾ ਨਾ, ਸਗਨਾਂ ਵਾਲਾ, ਝੋਲੀ ਚ ਰੱਖ ਕੇ ਸਗਨ ਪਵਾਉਣੇ ਹੁੰਦੇ ਲਾਲ ਰੁਮਾਲ ਚ। ਡਰੋ ਨਹੀਂ, ਇਹ ਵੀ ਲਾਲ ਹੋ ਜਾਏਗਾ। ਇਹ ਕਿੱਦਾਂ ਹੋ ਜਾਏਗਾ? ਉੱਠੋ। ਬੜੇ ਮਜ਼ਾਕੀਆ ਨੇ ਸਾਰਾ ਸਾਹਿਬ। ਉੱਠੋ। ਹਾਂਜੀ ਬਾਲੇ। ਹਾਂਜੀ ਇਹਨਾਂ ਦੀਆਂ ਬਾਹਾਂ ਫੜ ਲਓ। ਜੀ ਕਿੱਦਾਂ ਜੀ? ਮਤਲਬ ਇਹ ਕਿਹੜਾ ਸਗਨ ਵਿਆਹ ਹੋਇਆ ਜੀ? ਮੈਂ ਤੇ ਕਦੀ ਵੇਖਿਆ ਨਹੀਂ ਇਹ ਤਾਂ। ਮੈਂ ਨਾਲੇ ਜ਼ਬਰਦਸਤੀ ਵਿਆਹ ਕਿਉਂ ਕਰ ਰਹੇ ਹੋ? ਮੈਂ ਤੇ ਵਿਆਹ ਕਰਾਣਾ ਆ, ਦਿਲੋਂ ਪਿਆਰ ਕਰਨਾ। ਮੈਂ ਤੇ ਵਿਆਹ ਕਰਾਣ। ਮੂੰਹ ਖੋਲੋ। ਛੁਹਾਰਾ ਕਿੱਥੇ ਹੈ ਜੀ? ਆ ਦੇਖੋ। ਨਹੀਂ ਨਹੀਂ, ਇਹ ਤਾਂ ਰੁਮਾਲ ਹੈ। ਵਿਆਹ ਦੇ ਵਿੱਚ ਮੂੰਹ ਨੂੰ ਛੁਹਾਰਾ ਲੱਗਦਾ ਹੁੰਦਾ, ਮੂੰਹ ਨੂੰ ਰੁਮਾਲ ਲੱਗਦਾ ਤੇ ਕਦੇ ਨਹੀਂ ਵੇਖਿਆ। ਮੂੰਹ ਖੋਲੋ ਬੇਟਾ ਜੀ। ਆ ਆ ਆ ਆ ਡੋਲੀ ਮੈਂ ਤੈਨੂੰ ਕਿਹਾ ਮੈਨੂੰ ਛੱਡ ਦੇ, ਛੱਡ ਦੇ ਮੈਨੂੰ। ਨਹੀਂ ਹੈ ਡੈਡੀ ਜੀ। ਮੈਂ ਤਾਂ ਪਹਿਲੇ ਕਿਹਾ ਸੀਗਾ ਕਿ ਕੋਈ ਕਲੀ ਕਰਨ ਵਾਲਾ ਨਹੀਂ, ਤਾਂ ਬਦਮਾਸ਼ ਹੈ ਬਦਮਾਸ਼। ਡੈਡੀ ਸੀ ਇੱਕ ਦੂਜੇ ਨੂੰ ਪਿਆਰ ਕਰਦੇ ਆ, ਮੇਰਾ ਰਿਸ਼ਤਾ ਮੰਗਣ ਲਈ ਆਏ ਆ ਉਹ। ਇਹ ਬੋਲ ਨਹੀਂ ਸੀ ਸਕਦਾ, ਐਵੇਂ ਕੁੱਟ ਖਾਈ ਜਾ ਰਿਹਾ। ਡੈਡੀ ਇਹ ਬੋਲੇ ਕਿਦਾਂ? ਮੂੰਹ ਤਾਂ ਤੁਸੀਂ ਉਹਦਾ ਬੰਦ ਕੀਤਾ ਹੋਇਆ। ਓ ਆਈ ਏਮ ਸੌਰੀ, ਆਈ ਏਮ ਸੌਰੀ। ਬੈਠੋ ਬੇਟੇ, ਬੈਠੋ ਬੈਠੋ ਬੈਠੋ। ਆਈ ਏਮ ਸੌਰੀ, ਗਲਤ ਬੰਦਾ ਕੁੱਟਿਆ ਗਿਆ। ਮੇਰਾ ਮਤਲਬ ਸਹੀ ਬੰਦਾ ਗਲਤ ਕੁੱਟਿਆ ਗਿਆ। ਮੇਰਾ ਕਸੂਰ ਹੀ ਕੀ ਹੈ? ਇਹਦੀ ਸ਼ਕਲ ਹੀ ਕਿਸੇ ਲੁੱਚੇ ਲਫੰਗੇ ਨਾਲ ਮਿਲਦੀ ਆ। ਨਹੀਂ 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 ਡੈਡੀ, ਇਹ ਮੁੰਡਾ ਬਹੁਤ ਚੰਗਾ ਹੈ। ਚੰਗਾ ਹੋਏਗਾ, ਚੰਗਾ ਹੋਏਗਾ। ਪਰ ਬੇਟਾ ਜੀ, ਇਹ ਹਿੰਦੁਸਤਾਨ ਹੈ। ਹਿੰਦੁਸਤਾਨ ਵਿੱਚ ਸਹੀ ਬੰਦਿਆਂ ਨੂੰ ਛਿੱਤਰ ਪੈਂਦੇ ਨੇ। ਪਰ ਇੱਕ ਗੱਲ ਦੀ ਦਾਤ ਦੇਣੀ ਪਏਗੀ, ਇੰਨੇ ਛਿੱਤਰ ਵੱਜੇ, ਇੰਨੇ ਛਿੱਤਰ ਵੱਜੇ, ਪਰ ਮੇਰੇ ਸਾਹਮਣੇ ਕੁਸਕਿਆ ਨਹੀਂ। ਸੌਰੀ। ਪਾਣੀ, ਪਾਣੀ। ਤੂੰ ਖੜਾ ਮੂੰਹ ਕੀ ਦੇਖਦਾ ਪਿਆ? ਚੱਲ ਜਾ ਪਾਣੀ ਲੈ ਕੇ ਆ। ਸੌਰੀ ਬੇਟਾ, ਤੁਹਾਨੂੰ ਤਕਲੀਫ ਤਾਂ ਬਹੁਤ ਹੋਈ ਹੋਏਗੀ। ਨਹੀਂ ਜੀ, ਤੁਹਾਡਾ ਤੇ ਰੁਮਾਲ ਹੀ ਬੜਾ ਸਵਾਦ ਸੀ। ਸਵੇਰੇ ਦੁੱਧ ਛੋਟਾ ਡੁੱਲ ਗਿਆ ਸੀ, ਮੈਂ ਰੁਮਾਲ ਨਾਲ ਹੀ ਪੂੰਝ ਦਿੱਤਾ ਸੀ। ਬੇਟਾ ਤੂੰ ਕੰਮ ਕੀ ਕਰਨਾ? ਵੇਖੋ ਜੀ, ਕੰਮ ਤੇ ਮੈਂ ਬਹੁਤ ਸਾਰੇ ਕਰ ਲੈਣਾ, ਪਰ ਕਲੀ ਕਰਨੀ ਨਹੀਂ ਆਉਂਦੀ ਮੈਨੂੰ, ਕੋਠੀਆਂ ਰੰਗ ਨਹੀਂ ਹੁੰਦੀਆਂ ਮੇਰੇ ਕੋਲ। ਮੇਰਾ ਮਤਲਬ ਕੋਈ ਕਾਰੋਬਾਰ, ਕੋਈ ਬਿਜ਼ਨਸ? ਦੱਸੋ ਜੀ, ਮੈਨੂੰ ਕੰਮ ਕਰਨ ਦੀ ਲੋੜ ਕੀ ਭਲਾ? ਖਾਨਦਾਨੀ ਜਾਇਦਾਦਾਂ ਨੇ ਮੇਰੇ ਕੋਲ, 25 ਲੱਖ ਰੁਪਈਆ ਮੇਰੇ ਇਕੱਲੇ ਦੇ ਨਾਂ ਤੇ ਬੈਂਕ 'ਚ ਪਿਆ। ਇੱਥੇ ਆ ਜਾਓ। ਹਾਂ ਹਾਂ ਆ ਜਾਓ। ਤੇ ਇਹਦਾ ਮਤਲਬ ਇਹ ਆ ਕਿ ਤੁਸੀਂ ਵਿਹਲੇ ਹੋ। ਦੇਖੋ ਬੇਟਾ, ਤੁਹਾਡੇ ਕੋਲ ਜਿੰਨੀ ਮਰਜ਼ੀ ਜਾਇਦਾਦ ਹੋ ਸਕਦੀ ਹੈ, ਖਾਨਦਾਨੀ ਜਾਇਦਾਦ ਹੋ ਸਕਦੀ ਹੈ, ਪਰ ਮੇਰੇ ਵੀ ਕੁਛ ਅਸੂਲ ਨੇ। ਮੈਂ ਫੌਜ ਦੀ ਨੌਕਰੀ ਇਸ ਕਰਕੇ ਛੱਡ ਦਿੱਤੀ ਸੀ ਕਿਉਂਕਿ ਫੌਜ ਮੇਰੇ ਅਸੂਲ ਨਹੀਂ ਸੀ ਮੰਨਦੀ। ਮੈਂ ਤੁਹਾਨੂੰ 6 ਮਹੀਨੇ ਦਾ ਟਾਈਮ ਦਿਆਂਗਾ। 6 ਮਹੀਨੇ ਅੰਦਰ ਅਗਰ ਤੁਸੀਂ ਆਪਣਾ ਕਾਰੋਬਾਰ ਸੈੱਟ ਕਰ ਲੈਂਦੇ ਹੋ, ਆਪਣੇ ਪੈਰਾਂ ਤੇ ਖਲੋ ਜਾਂਦੇ ਹੋ, ਤਾਂ ਫਿਰ ਮੈਂ ਆਪ ਆਪਣੀ ਬੇਟੀ ਦਾ ਵਿਆਹ ਤੁਹਾਡੇ ਨਾਲ ਕਰ ਦਿਆਂਗਾ, ਨਹੀਂ ਤੇ ਇਹ ਰਿਸ਼ਤਾ ਕੈਂਸਲ। ਪਰ ਅੰਕਲ, 6 ਮਹੀਨੇ ਕੁੱਗੀ, ਯੂ ਡੋਂਟ ਵਰੀ ਡਾਲੀ, ਫਿਕਰ ਨਾ ਕਰ। 6 ਮਹੀਨੇ ਤੇ ਬਹੁਤ ਜ਼ਿਆਦਾ ਹੁੰਦੇ ਨੇ, ਮੈਂ ਤੇ 6 ਦਿਨਾਂ 'ਚ ਕੁਛ ਕਰਕੇ ਵਿਖਾ ਦਿਆਂਗਾ। ਪਹਿਲਾਂ ਕੁਛ ਕਰਕੇ ਦਿਖਾਓ, ਫਿਰ ਇਹ ਹੱਥ ਆਪਣੇ ਆਪ ਤੁਹਾਡੇ ਹੱਥ ਵਿੱਚ ਆ ਜਾਏਗਾ।